ਲੋਕ ਸਭਾ ਚੋਣਾਂ ਲਈ ਅੱਜ ਪੰਜਾਬ ਦੇ ਵਿੱਚ ਵੋਟਿੰਗ ਹੋ ਰਹੀ ਹੈ ਤੇ ਅੱਤ ਦੀ ਗਰਮੀ ਵਿੱਚ ਇਸ ਵੇਲੇ ਪੋਲਿੰਗ ਬੂਥਾਂ ਦੇ ਉੱਤੋਂ ਲਾਈਨਾਂ ਥੋੜੀਆਂ ਛੋਟੀਆਂ ਹੋ ਗਈਆਂ ਨੇ, ਯਾਨੀ ਕਿ ਧੁੱਪ ਵਿੱਚ ਵੋਟਰਸ ਪੋਲਿੰਗ ਬੂਥਾਂ ਤੇ ਆਉਣੇ ਘੱਟ ਗਏ ਨੇ। ਇਸ ਵਿਚਾਲੇ ਇੱਕ ਸਰਦਾਰ ਜੀ ਵੀ ਘੋੜੇ ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ ਨੇ, ਜਿਨ੍ਹਾਂ ਨੂੰ ਦੇਖਣ ਲਈ ਪੋਲਿੰਗ ਬੂਥ ਦੇ ਬਾਹਰ ਵੀ ਲੋਕ ਖੜ ਗਏ। ਦਰਅਸਲ ਸਰਦਾਰ ਜੀ ਦਾ ਕਹਿਣਾ ਹੈ ਕਿ ਗਰਮੀ ਬਹੁਤ ਹੈ ਤੇ ਇਸ ਵੇਲੇ ਪੋਲਿੰਗ ਬੂਥਾਂ ਦੇ ਉੱਤੇ ਰਸ਼ ਘੱਟ ਹੈ, ਜਿਸ ਲਈ ਉਹ ਘੋੜੇ ਤੇ ਸਵਾਰ ਹੋ ਕੇ ਇੱਥੇ ਵੋਟ ਕਰਨ ਆਏ ਨੇ। ਉਹਨਾਂ ਨੇ ਵੋਟ ਵੀ ਪਾਈ ਹੈ ਤੇ ਫਿਰ ਇਸੇ ਹੀ ਘੋੜੇ ਤੇ ਸਵਾਰ ਹੋ ਕੇ ਉਹ ਪਿੰਡ ਦਾ ਗੇੜਾ ਵੀ ਕੱਢ ਰਹੇ ਨੇ। ਇਹ ਵੀਡੀਓ ਸੰਗਰੂਰ ਦੀ ਹੈ। ਸੰਗਰੂਰ ਦੇ ਇੱਕ ਪਿੰਡ ਦੇ ਵਿੱਚ ਇਹ ਸਰਦਾਰ ਜੀ ਪੋਲਿੰਗ ਬੂਥ ਤੇ ਪਹੁੰਚੇ ਨੇ, ਉਹ ਵੀ ਘੋੜੇ ਤੇ ਸਵਾਰ ਹੋ ਕੇ ਆਪਣੀ ਵੋਟ ਭੁਗਤਾਉਣ ਦੇ ਲਈ ਆਏ ਨੇ। ਜਿਨ੍ਹਾਂ ਨੇ ਇੱਥੇ ਖੜ ਕੇ ਵੋਟ ਪਾਈ ਅਤੇ ਫਿਰ ਇਸੇ ਹੀ ਘੋੜੇ ਤੇ ਸਵਾਰ ਹੋ ਕੇ ਪਿੰਡ ਦਾ ਖੇਤਾਂ ਦਾ ਚੱਕਰ ਵੀ ਲਾਇਆ। ਸਰਦਾਰ ਜੀ ਦਾ ਕਹਿਣਾ ਹੈ ਕਿ ਲੋਕਾਂ ਨੂੰ ਵੀ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਮਤਦਾਨ ਕਰਨਾ ਜ਼ਰੂਰੀ ਹੈ। ਬੇਸ਼ੱਕ ਗਰਮੀ ਬਹੁਤ ਹੈ, ਜੇਕਰ ਦੁਪਹਿਰ ਵੇਲੇ ਨਹੀਂ ਆ ਸਕਦੇ ਤਾਂ ਸ਼ਾਮ ਵੇਲੇ ਜ਼ਰੂਰ ਵੋਟਰ ਆਉਣਗੇ ਤੇ ਉਮੀਦ ਹੈ ਕਿ ਹੋਰ ਵੋਟਰ ਇੱਥੇ ਆ ਕੇ ਵੋਟ ਕਰਨਗੇ। ਮਾਚਲ ਵਾਜ ਘੋੜੀ ਤੇ ਵੋਟਾਂ ਪਾਉਣ ਜਾ ਰਹੇ ਹਾਂ, ਗਰਮੀ ਜ਼ਿਆਦਾ ਸੀ। ਅੱਗੇ ਵੀ ਇਹਦੇ ਤੇ ਆਉਣੇ ਅੱਗੇ ਗੇੜਾ ਮਾਰ ਲੈਣਾ, ਖੇਤਾਂ ਖੁੱਤਾਂ ਸਾਰੇ ਜੀ ਕਰਦਾ ਜਾਂ ਜੀ ਕਰਦਾ ਤਾਂ ਗੇੜਾ ਮਾਰ ਲੈਣਾ ਵੀ ਘੋੜੀ ਲਗਾ ਪਾਓ ਵੋਟ ਪਾ ਕੇ ਆ। ਸਰ ਅਸੀਂ ਕਹਿ ਰਹੇ ਹਾਂ ਵੀ ਵੋਟ ਸਾਰਿਆਂ ਨੂੰ ਪਾਉਣੀ ਚਾਹੀਦੀ ਆ ਤੇ ਸਾਰੇ ਆ ਰਹੇ ਹਾਂ, ਗਰਮੀ ਕਰਕੇ ਥੋੜਾ ਥੋੜਾ ਘੱਟ ਆ ਰਹੇ ਨੇ, ਸ਼ਾਮ ਨੂੰ ਪੈ ਜਾਊ, ਸਵੇਰੇ ਸਾਜਰੇ ਪੈ ਗਈਆਂ ਵੋਟਾਂ ਸਾਰੀਆਂ। ਵੱਧ ਰਿਹਾ ਵੱਧ ਰਿਹਾ ਹਾਂ ਹਾਂ ਜੀ ਹਾਂ। ਨਾਲ ਦੋ ਕੁੜੀਆਂ ਪਿੰਡ ਹੋਰ ਫਿਰਦੀ ਨੇ ਉੱਧਰ ਗਈਆਂ ਨੇ ਪਿੰਡ ਚ ਵੀ ਵੋਟਾਂ ਪਾਓ। ਅਸੀਂ ਕਹਿੰਦੇ ਵੱਧ ਤੋਂ ਵੱਧ ਵੋਟ ਪਵੇ ਸਾਰਿਆਂ ਦੀ, ਵੋਟ ਆਪੋ ਆਪਣਾ ਹੱਕ ਹੁੰਦਾ ਵੋਟ ਪਾਉਣ ਦਾ, ਵੋਟ ਰੱਖਣੀ ਨੀ ਚਾਹੀਦੀ।